ਰਾਤ ਅੱਜ ਤਕਰੀਬਨ 50 ਮਿੰਟ ਹੋਈ ਹੈ ਕਿਉਂਕਿ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਬਣੇ ਨੇ ਤਾਂ ਬਹੁਤ ਸਾਰੇ ਲੋਕਾਂ ਦੇ ਸਵਾਲ ਸੀਗੇ ਕਿ ਅੰਮ੍ਰਿਤਪਾਲ ਸਿੰਘ ਕੀ SGPC ਦੀ ਚੋਣ ਲੜਵਾਣਗੇ, ਕੀ ਉਹ ਅੱਗੇ ਆਉਣਗੇ ਜਾਂ ਫਿਰ ਜ਼ਿਮਨੀ ਚੋਣਾਂ ਬਾਰੇ ਉਹਨਾਂ ਦਾ ਕੀ ਕੁਛ ਕਹਿਣਾ, ਕਿਉਂਕਿ ਉਹਨਾਂ ਦੇ ਕੁਝ ਸਾਥੀਆਂ ਦੇ ਵੱਲੋਂ ਜ਼ਿਮਨੀ ਚੋਣ ਲੜਨ ਦਾ ਐਲਾਨ ਵੀ ਕੀਤਾ ਜਾ ਰਿਹਾ ਵੈ, ਤਾਂ ਬਹੁਤ ਸਾਰੇ ਸਵਾਲ ਸੀਗੇ, ਉਹਨਾਂ ਸਵਾਲਾਂ ਦੇ ਜਵਾਬ ਵੀ ਲਵਾਂਗੇ ਔਰ ਕਿਸ ਤਰੀਕੇ ਦੀ ਇਹ ਮੁਲਾਕਾਤ ਇਹ ਗੱਲਬਾਤ ਜਿਹੜੀ ਹੈ ਉਹ ਰਹੀ ਹੈ, ਕਿਉਂਕਿ ਅੱਜ ਸਾਰਾ ਦਿਨ ਅਸੀਂ ਦੇਖਿਆ ਕਿ ਕਾਫੀ ਸੀਕ੍ਰੇਟ ਰੱਖਿਆ ਹੋਇਆ ਸੀਗਾ ਜਦੋਂ ਓਥ ਦਵਾਣੀ ਸੀਗੀ, ਉਸ ਤੋਂ ਬਾਅਦ ਸੇਫ ਹਾਊਸ ਲੈ ਕੇ ਜਾਣਾ ਸੀਗਾ ਤੇ ਔਰ ਇਸ ਪੂਰੇ ਕਸ਼ਮਕਸ਼ ਦੇ ਵਿੱਚ ਕਈ ਸਾਰੀਆਂ ਤਸਵੀਰਾਂ ਸਾਹਮਣੇ ਆਈਆਂ। ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਹੋਰਾਂ ਨਾਲ ਗੱਲਬਾਤ ਕਰਦੇ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ? ਸਤਿ ਸ਼੍ਰੀ ਅਕਾਲ ਜੀ। ਅੱਜ ਫਾਈਨਲੀ ਤੁਸੀਂ ਡਿਬਰੂਗੜ੍ਹ ਜੇਲ੍ਹ ਤੋਂ ਬਾਅਦ ਜਦੋਂ ਮੈਂਬਰ ਪਾਰਲੀਮੈਂਟ ਬਣੇ ਬਾਹਰ ਆਏ ਅੰਮ੍ਰਿਤਪਾਲ ਸਿੰਘ ਅੱਜ ਓਥ ਲਈ ਤਾਂ ਮੁਲਾਕਾਤ ਕੀਤੀ, ਤੁਸੀਂ ਮੂੰਹ ਮਿੱਠਾ ਕਰਵਾਇਆ, ਲੰਗਰ ਇਕੱਠੇ ਛਕਿਆ, ਕੀ ਕੁਛ ਗੱਲਬਾਤ ਜਿਹੜੀ ਉਹ ਤੁਹਾਡੀ ਰਹੀ ਹੈ? ਉਹ ਜੀ, ਇੱਕ ਤੋਂ ਕੁਛ ਪਰਿਵਾਰਕ ਉਹਨਾਂ ਦੇ ਦਾਦਾ ਦਾਦੀ ਦਾ ਉਹਨਾਂ ਹਾਲ ਚਾਲ ਪੁੱਛਿਆ, ਬਾਕੀ ਪੂਰੇ ਪੰਥ ਦਾ ਉਹਨਾਂ ਧੰਨਵਾਦ ਕੀਤਾ। ਉਹਨਾਂ ਨੇ ਜੋ ਸਭ ਤੋਂ ਪਹਿਲਾਂ ਜਿਹੜਾ ਕਰ ਰਹੇ ਸੀ, ਕੱਲ੍ਹ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਸਰੋਪਾ ਅਤੇ ਪ੍ਰਸ਼ਾਦ ਦੀ ਬਖਸ਼ਿਸ਼ ਕੀਤੀ ਸੀ, ਉਹ ਉਹਨਾਂ ਨੂੰ ਭੇਟ ਕੀਤਾ ਗਿਆ ਅਤੇ ਉਹਨਾਂ ਨੇ ਉਹਨੂੰ ਬੜੇ ਮੱਥੇ ਨਾਲ ਸੁਆ ਕੇ ਉਹਨਾਂ ਨੇ ਸਵੀਕਾਰ ਕੀਤਾ ਅਤੇ ਕਮੇਟੀ ਦਾ ਹੋਰ ਪੰਥਕ ਜਥੇਬੰਦੀਆਂ ਧੰਨਵਾਦ ਕੀਤਾ ਕਿ ਜਿਨ੍ਹਾਂ ਨੇ ਇਹ, ਕਿਉਂਕਿ SGPC ਕਈ ਇਲੈਕਸ਼ਨ ਲੜਨਾ ਚਾਹ ਰਹੇ ਨੇ, ਉਹ ਕਹਿ ਰਹੇ ਨੇ ਕਿ ਅੰਮ੍ਰਿਤਪਾਲ ਨੂੰ ਅੱਗੇ ਲਗਾਇਆ ਜਾਵੇ, ਉਸ ਬਾਬਤ ਉਹਨਾਂ ਨੇ ਕਿਹਾ ਕਿ 31 ਜੁਲਾਈ ਤੱਕ ਵੋਟਾਂ ਵੱਧ ਤੋਂ ਵੱਧ ਬਣਾਉਣ ਦਾ ਕੰਮ ਮੁਕੰਮਲ ਕਰੋ। ਕੀ ਹੁਣ ਉਹ ਲੀਡ ਕਰਨਗੇ, ਕਿਸ ਤਰੀਕੇ ਦੀ ਰੂਪਰੇਖਾ ਜਿਹੜੀ SGPC ਚੋਣਾਂ ਨੂੰ ਲੈ ਕੇ ਰਹੇਗੀ? ਨਹੀਂ, ਉਹ ਕਹਿੰਦੇ ਕਿ ਆਪਾਂ ਇਹ ਚੀਜ਼ ਕਿ ਉਹਦੇ 'ਚ ਜੋ ਅਸੀਂ ਚਾਹੁੰਦੇ ਹਾਂ ਕਿ ਜੋ ਸਿੱਖ ਸਿਧਾਂਤਾਂ ਦੇ ਅਨੁਸਾਰ ਉਹ ਕਮੇਟੀ ਕੰਮ ਕਰੇ, ਜਾਂ ਜੋ ਸਿੱਖੀ 'ਚ ਬਹੁਤ ਵੱਡੇ ਜਿਹੜਾ ਧਰਮ ਪਰਿਵਰਤਨ ਹੋ ਰਿਹਾ, ਨਸ਼ਾ ਆ ਰਿਹਾ ਸਾਡੀ ਕੌਮ 'ਚ, ਉਹਨਾਂ ਦੇ ਖਿਲਾਫ ਲੜਾਈ ਲੜਨ ਵਾਸਤੇ ਉਹਦੇ 'ਚ ਕੋਈ ਸਿਹਰਦ ਬੰਦੇ ਜਿਹੜੇ ਕਿ ਕੌਮ ਨੂੰ ਸਮਰਪਿਤ ਆਦਮੀਆਂ ਨੂੰ ਅੱਗੇ ਲਿਆਂਦਾ ਜਾ ਸਕੇ। ਇਸ ਕਰਕੇ ਇਹ ਨਹੀਂ ਕਿ ਉਹ ਸਾਡੀ ਅਗਵਾਈ 'ਚ ਹੋਵੇ, ਸਾਰਾ ਪੰਥ ਰਲ ਕੇ ਕੋਈ ਇਹ ਉਪਰਾਲਾ ਕਰੇ ਕਿ ਜਿਹੜੇ ਆਪਾਂ ਵੋਟਾਂ ਆਪਾਂ ਪਾਵਾਂਗੇ ਅਤੇ ਬਣਾਵਾਂਗੇ ਅਤੇ ਤਾਂ ਹੀ ਆਪਾਂ ਕੋਈ ਚੰਗੇ ਬੰਦਿਆਂ ਨੂੰ ਚੁਣ ਸਕਦੇ ਹਾਂ। ਇਸ ਕਰਕੇ ਜੋ ਵੀ ਜਿਹਦਾ ਅਧਿਕਾਰ ਬਣਦਾ ਵੋਟ ਬਣਾਉਣ ਦਾ, ਉਹ ਆਪਣਾ ਵੋਟ ਬਣਾਵੇ ਅਤੇ ਉਹ ਵੋਟ ਦਾ ਜਦੋਂ ਕਿ ਇਲੈਕਸ਼ਨ ਹੋ ਗਈ ਅਤੇ ਉਹਦਾ ਇਸਤੇਮਾਲ ਕਰਕੇ। ਅਤੇ ਮਨਜਿੰਦਰ ਸਿਰਸਾ ਜਿਹੜੇ ਭਾਜਪਾ ਦੇ ਲੀਡਰ ਨੇ, ਉਹ ਕਹਿ ਰਹੇ ਨੇ ਕਿ ਅੰਮ੍ਰਿਤਪਾਲ ਦਾ ਜਿੱਤਣਾ ਜਾਂ ਸਰਬਜੀਤ ਖਾਲਸਾ ਦਾ ਜਿੱਤਣਾ ਇਹ ਦਰਸਾਉਂਦਾ ਹੈ ਕਿ ਲੋਕਾਂ ਨੇ ਅਕਾਲੀ ਦਲ ਨੂੰ ਨਕਾਰ ਕੇ ਇਹਨਾਂ ਨੂੰ ਆਪਣਾ ਵਿਕਲਪ ਦੇ ਤੌਰ ਤੇ ਚੁਣ ਲਿਆ ਹੈ। ਨਹੀਂ, ਇਹ ਤੇ ਦੇਖੋ ਜੀ, ਜਦੋਂ ਤੁਸੀਂ ਕੌਮ 'ਚ ਇੱਕ ਲੀਡਰਸ਼ਿਪ ਦਾ ਬਹੁਤ ਵੱਡਾ ਖਿਲਾਫ ਆ ਅਤੇ ਸਾਡੀ ਲੀਡਰਸ਼ਿਪ ਨੇ ਕੋਈ ਇਹੋ ਜਿਹੀਆਂ ਗਲਤੀਆਂ ਕੀਤੀਆਂ, ਸਹੀ ਅਗਵਾਈ ਨਹੀਂ ਕੀਤੀ ਕੌਮ ਦੀ, ਉਹਦੇ ਨਾਲ ਸਾਡੀ ਕੌਮ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਅਤੇ ਸਾਡੀਆਂ ਜਿਹੜੀਆਂ ਬਹੁਤ ਸਰਮੌਰ ਸੰਸਥਾਵਾਂ ਸੀ, ਅਕਾਲੀ ਦਲ ਸਾਡਾ ਬਹੁਤ ਇੱਕ ਬਹੁਤ ਵੱਡੀ ਜਥੇਬੰਦੀ ਸੀ, ਸਾਡੇ ਹੱਕਾਂ ਹਿੱਤਾਂ ਲਈ ਲੜਨ ਵਾਸਤੇ ਬਣਾਈ ਗਈ ਸੀ, ਸਾਡੇ ਵੱਡਿਆਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਸੀ, ਉਹਦੇ ਵਕਾਰ ਨੂੰ ਵੀ ਬਹੁਤ ਵੱਡੀ ਢਾਹ ਲੱਗੀ, ਉਹਦੀ ਵੀ ਹਾਲਾਤ ਬਹੁਤ ਪਤਲੀ ਹੋ ਗਈ। ਇਸ ਕਰਕੇ ਸਾਰਾ ਸਿੱਖ ਜਗਤ ਚਿੰਤਤ ਆ ਕਿ ਸਾਡੀ ਜਿਹੜੀ ਖੇਤਰੀ ਪਾਰਟੀ ਸੀ ਉਹਨੂੰ ਕਿਸ ਤਰੀਕੇ ਨਾਲ ਦੁਬਾਰਾ ਤੋਂ ਕਿਸੇ ਉਸੇ ਮੁਕਾਮ ਤੇ ਪਹੁੰਚਾਇਆ ਜਾ ਸਕੇ, ਜੋ ਜਿੱਦਾਂ ਅੱਗੇ ਉਹ ਸਾਡੀ ਪੂਰੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਜਿੱਥੇ ਵੀ ਕੋਈ ਸਿੱਖਾਂ ਨਾਲ ਕੋਈ ਧੱਕਾ ਹੁੰਦਾ ਸੀ ਉਹਦੇ ਵਾਸਤੇ ਆਵਾਜ਼ ਉਠਾਉਂਦੀ ਸੀ। ਹੁਣ ਪੰਜਾਬ 'ਚ ਹੀ ਇਹੋ ਜਿਹੀ ਹਾਲਾਤ ਬਣ ਗਏ ਕਿ ਉਹ ਪੰਜਾਬ 'ਚ ਵੀ ਨਹੀਂ ਕੋਈ ਲੜਾਈ ਲੜ ਸਕਦੇ, ਕਿਉਂਕਿ ਚੰਦੂ ਮਾਜਰਾ ਹੋਰੀ ਅਲੱਗ ਹੋ ਗਏ, ਬਲਟੋਹਾ ਹੋਰਾਂ ਤੋਂ ਵੱਖਰੇ ਹੋ ਗਏ ਜਾਂ ਸੁਖਬੀਰ ਬਾਦਲ ਹੋਰਾਂ ਤੋਂ ਵੱਖਰੇ ਹੋ ਗਏ, ਉਹ ਤੁਹਾਡੀ ਹਿਮਾਇਤ ਮੰਗ ਰਹੇ, ਅੰਮ੍ਰਿਤਪਾਲ ਹੋਰਾਂ ਦੀ ਹਿਮਾਇਤ ਮੰਗ ਰਹੇ, ਜਲੰਧਰ 'ਚ ਵੀ ਹਿਮਾਇਤ ਮੰਗ ਰਹੇ, ਤੁਸੀਂ ਇਹ ਦੱਸੀ ਜਾਂ ਉਹਨਾਂ ਨੂੰ ਪਤਾ ਸੀਗਾ ਕਿ ਅਕਾਲੀ ਦਲ ਦਾ ਇੱਕ ਧੜਾ ਤੁਹਾਡੀ ਅਗਵਾਈ ਜਾਂ ਤੁਹਾਨੂੰ ਅੱਗੇ ਲਾਉਣਾ ਚਾਹੁੰਦਾ ਵੈ, ਇਹ ਇਸ ਗੱਲ ਦਾ ਚਰਚਾਵਾਂ ਚੱਲ ਪਈਆਂ ਨੇ, ਉਸ ਵਿੱਚ ਬੀਬੀ ਜਗੀਰ ਕੌਰ ਵੀ ਹੈ, ਮਾਸਟਰ ਤਾਰਾ ਸਿੰਘ ਦਾ ਪਰਿਵਾਰ ਵੀ ਹੈ, ਇਸ ਬਾਬਤ ਕੋਈ ਗੱਲਬਾਤ ਹੋਈ? ਨਹੀਂ, ਇਸ ਬਾਰੇ ਕੋਈ ਗੱਲਬਾਤ ਨਹੀਂ ਹੋਈ, ਲੇਕਿਨ ਉਹ ਸਾਰੇ ਪੰਥ ਨੂੰ ਇਕੱਠਾ ਵੇਖਣਾ ਚਾਹੁੰਦੇ, ਹਾਂ,
ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਰੇ ਪੰਥ ਨੂੰ ਕੋਈ ਇਹੋ ਜਿਹਾ ਜਿੱਥੇ ਜਿੱਥੇ ਵੀ ਕੋਈ ਕਮੀਆਂ ਸਾਰਿਆਂ ਨੂੰ ਆਪੋ ਆਪਣੀ ਅੰਦਰ ਝਾਤੀ ਮਾਰ ਕੇ ਜਿੱਥੇ ਕੋਈ ਤਿਆਗ ਦੀ ਲੋੜ ਹੈ ਉੱਥੇ ਤਿਆਗ ਕਰਨਾ ਚਾਹੀਦਾ ਅਤੇ ਆਪਣੀ ਕੌਮ ਪੰਥ ਦੇ ਭਲੇ ਲਈ ਜੋ ਵੀ ਕੀਤਾ ਜਾਣਾ ਚਾਹੀਦਾ ਉਹ ਕਰਨਾ ਚਾਹੀਦਾ। ਮੇਰਾ ਖਿਆਲ ਹੈ ਕਿ ਸਾਰੀ ਕੌਮ ਨੂੰ ਇਹ ਕੋਈ ਅਕਾਲ ਤਖ਼ਤ ਦੀ ਅਗਵਾਈ ਹੇਠ ਕੋਈ ਇਹੋ ਜਿਹਾ ਕੋਈ ਆਪਾਂ ਕੋਈ ਪਾਰਟੀ ਜਾਂ ਕੋਈ ਜਿਹੜੇ ਬੰਦੇ ਅੱਗੇ ਲਿਆਉਂਦੇ ਜਾਣ, ਕਿਉਂਕਿ ਵਾਰਿਸ ਪੰਜਾਬ ਦੀ ਇੱਕ ਜਥੇਬੰਦੀ ਹੈ। ਕੀ ਇਹ ਹੋ ਸਕਦਾ ਜਾਂ ਉਹਨਾਂ ਦੇ ਮਨ ਦੇ ਵਿੱਚ ਹੈ ਕਿ ਵਾਰਿਸ ਪੰਜਾਬ ਦੀ ਜਥੇਬੰਦੀ ਦੀ ਥਾਂ ਇੱਕ ਪੋਲੀਟੀਕਲ ਪਾਰਟੀ ਹੋ ਜੇ? ਪੋਲੀਟੀਕਲ ਕਿਉਂਕਿ ਸਿੱਖੀ ਤਾਂ ਮੀਰੀ ਪੀਰੀ ਦੋ ਚੱਲਦੇ ਨੇ, ਧਰਮ ਤੇ ਰਾਜਨੀਤੀ ਇਕੱਠੇ ਚੱਲਦੇ ਨੇ। ਕੀ ਹੋ ਸਕਦਾ ਕਿ ਧਾਰਮਿਕ ਪੱਖੋਂ ਵੀ ਅੱਗੇ ਲਿਆਉਣ ਦੀ ਗੱਲ ਚੱਲੇ ਔਰ ਵਾਰਿਸ ਪੰਜਾਬ ਦੀ ਜਥੇਬੰਦੀ ਦੀ ਬਜਾਏ ਪੋਲੀਟੀਕਲ ਪਾਰਟੀ ਬਣ ਜਾਏ? ਨਹੀਂ, ਉਹ ਤੇ ਜੀ ਹੁਣ ਇਹ ਜੋ ਮੀਰੀ ਪੀਰੀ ਦੇ ਸਿਧਾਂਤ ਦੇ ਅਨੁਸਾਰ ਹੀ ਉਹਨਾਂ ਨੇ ਉਹਨਾਂ ਦਾ ਪਹਿਲਾਂ ਤੇ ਆਪਣੇ ਧਰਮ ਪ੍ਰਚਾਰ ਵਾਸਤੇ ਹੀ ਉਹਨਾਂ ਦੀ ਸਾਰੀ ਉਹਨਾਂ ਨੇ ਆਪਣੀ ਡਿਊਟੀ ਸੰਭਾਲੀ ਹੋਈ ਸੀ ਤੇ ਹੁਣ ਉਹਨਾਂ ਨੂੰ ਜਿਹੜੇ ਪੰਥ ਨੇ ਜਾਂ ਉਹ ਸਿੱਖ ਸੰਗਤਾਂ ਨੇ ਉਹਨਾਂ ਨੂੰ ਜਿਹੜਾ ਖਡੂਰ ਸਾਹਿਬ ਦੀ ਜਿਹੜੀ ਰਾਜਨੀਤੀ ਦੀ ਵੀ ਵਾਗਡੋਰ ਦਿੱਤੀ ਆ ਤੇ ਮੇਰਾ ਖਿਆਲ ਹੈ ਕਿ ਉਹ ਵੈਸੇ ਤੇ ਇਸ ਲਾਈਨ 'ਚ ਨਹੀਂ ਸੀ ਆਉਣਾ ਚਾਹੁੰਦੇ। ਚਲੋ ਉਹਨਾਂ ਨੇ ਜੋ ਉਹਨਾਂ ਨੂੰ ਜ਼ਿੰਮੇਵਾਰੀ, ਮੇਰਾ ਇਹ ਸੀਗਾ ਕਿ ਵਾਰਿਸ ਪੰਜਾਬ ਦੀ ਜਥੇਬੰਦੀ ਪੋਲੀਟੀਕਲ ਪਾਰਟੀ ਹੋ ਸਕਦੀ ਹੈ? ਕੀ ਉਹਨਾਂ ਦੀ ਅਗਵਾਈ ਹੇਠ SGPC ਦੀ ਚੋਣ ਲੜੀ ਜਾ ਸਕਦੀ? ਨਹੀਂ, ਇਹ ਤੇ ਅਜੇ ਕੀ ਸਮਾਂ ਆਉਣ ਤੇ ਅਜੇ ਕਿ ਸਮਾਂ ਹੈ, ਫਿਰ ਅਜੇ ਇਸ ਵਿਸ਼ੇ ਤੇ ਕੋਈ ਵਿਚਾਰ ਨਹੀਂ ਹੋਈ। ਆਉਣ ਵਾਲੇ ਸਮੇਂ 'ਚ ਇਹ ਵੀ ਚੀਜ਼ਾਂ ਵਿਚਾਰੀਆਂ ਜਾਣਗੀਆਂ ਕਿ ਇਹ ਜਥੇਬੰਦੀ ਦੇ ਤਹਿਤ ਕੋਈ ਚੋਣ ਲੜੀ ਜਾਣੀ ਚਾਹੀਦੀ ਹੈ ਕਿ ਜਾਂ ਕੋਈ ਜੋ ਪਹਿਲਾਂ ਸਾਡੇ ਕੋਲ ਸਟਰਕਚਰ ਹੈਗਾ ਉਹਦੇ ਤਹਿਤ ਰਲ ਮਿਲ ਕੇ ਕੋਈ ਇਹਦਾ ਮਸਲੇ ਦਾ ਲੱਭਣਾ ਚਾਹੀਦਾ। ਵਾਰਿਸ ਪੰਜਾਬ ਦੀ ਜਥੇਬੰਦੀ ਦਾ ਜ਼ਿਕਰ ਹੋ ਰਿਹਾ, ਜ਼ਿਕਰ ਇਸ ਗੱਲ ਦਾ ਵੀ ਹੋ ਰਿਹਾ ਜਿਮਨੀ ਚੋਣਾਂ ਨੂੰ ਲੈ ਕੇ, ਉਹਨਾਂ ਦੇ ਕੋਈ ਸਾਥੀਆਂ ਨੇ, ਕਲਸੀ ਹੋਰਾਂ ਨੇ ਜਾਂ ਜਿਹੜੇ ਪ੍ਰਧਾਨ ਮੰਤਰੀ ਬਾਜੇ ਗਏ ਨੇ ਉਹਨਾਂ ਵੱਲੋਂ ਐਲਾਨ ਕੀਤਾ ਹੋਇਆ ਇਲੈਕਸ਼ਨ ਲੜਨ ਦਾ। ਕੀ ਜਿਹੜੀ ਜਿਮਨੀ ਚੋਣ ਆ ਰਹੀ ਹੈ ਉਸ ਦੇ ਲਈ ਤਿਆਰ ਹੈ ਅੰਮ੍ਰਿਤਪਾਲ ਹੋਰਾਂ ਦੀ ਅਗਵਾਈ ਜਿਹੜੀ ਉਹ ਕੀਤੀ ਜਾਏਗੀ? ਹਾਂ, ਇਹ ਚੀਜ਼ ਹੈ ਕਿ ਜੇ ਤੇ ਅਜੇ ਮੇਰੇ ਖਿਆਲ ਉਹ ਸ਼ਾਇਦ ਸਮਾਂ ਲੱਗੇ ਉਹਨੂੰ, ਜੇ ਤੇ ਜੋ ਲੰਮਾ ਟਾਈਮ ਡਿਲੇ ਹੋ ਗਈ ਕੋਈ ਇਲੈਕਸ਼ਨ ਜਾਂ ਦੋ ਚਾਰ ਮਹੀਨੇ ਲੰਘ ਜਾਂਦੇ ਅਤੇ ਕਈ ਵਾਰ ਜ਼ਮੀਨੀ ਹਾਲਾਤ ਵੀ ਉਹਨੇ ਚਿਰ 'ਚ ਕੋਈ ਅੱਗੇ ਪਿੱਛੇ ਹੋ ਜਾਂਦੇ ਆ ਅਤੇ ਉਹ ਉਦੋਂ ਸਮੇਂ ਦੇ ਅਨੁਸਾਰ ਹੀ ਕੋਈ ਇਹਦੇ ਵਾਸਤੇ ਵੀ ਫੈਸਲਾ ਜੇ ਤੇ ਹੁਣ ਛੇਤੀ ਹੁੰਦੀ ਹੈ ਤਾਂ ਫਿਰ ਵੀ ਦੇਖਦੇ ਹਾਂ ਕਿ ਸਾਰੇ ਪਰਿਵਾਰ ਮਿਲ ਜੁਲ ਕੇ ਸਾਰੀ ਜਥੇਬੰਦੀ ਮਿਲ ਜੁਲ ਕੇ ਬੈਠ ਕੇ ਜਾਂ ਹੋਰ ਨਾਲ ਨਾਲ ਜਿਹੜੀਆਂ ਸਾਥੀ ਜਥੇਬੰਦੀਆਂ ਉਹਨਾਂ ਨਾਲ ਸਲਾਹ ਮਸ਼ਵਰਾ ਕਰਕੇ ਕੋਈ ਕੌਮ ਦੇ ਨਾਲ ਕੋਈ ਸੁਨੇਹਾ ਸੀਗਾ ਉਹਨਾਂ ਨੇ ਕੁਛ ਕਿਹਾ? ਕਿਉਂਕਿ NSA ਲੱਗੀ ਹੋਈ ਹੈ, ਕੋਈ ਅਜਿਹੀ ਚਰਚਾ ਵੀ ਹੋਈ ਕਿ ਹੁਣ ਸੁਪਰੀਮ ਕੋਰਟ ਹਾਈ ਕੋਰਟ ਦਾ ਰੁਖ ਕੀਤਾ ਜਾਵੇ, NSA ਹਟਾਈ ਜਾਵੇ ਔਰ ਮੈਂ ਪਾਰਲੀਮੈਂਟ ਦੇ ਵਿੱਚ ਇਹ ਮਸਲੇ ਜਿਹੜੇ ਉਹ ਚੱਕ ਸਕਾਂ? ਨਹੀਂ, ਇਸ ਵਿਸ਼ੇ ਤੇ ਵੀ ਕੋਈ ਗੱਲ ਨਹੀਂ ਹੋਈ, ਉਹ ਨਾ NSA ਵਾਸਤੇ ਕੋਈ ਜ਼ਿਆਦਾ ਸਮਾਂ ਨਹੀਂ ਮਿਲਿਆ, ਵੈਸੇ ਸਾਨੂੰ ਬਹੁਤ ਘੱਟ ਹੀ ਮਿਲਿਆ ਕਿਉਂਕਿ ਪ੍ਰਸ਼ਾਦਾ ਛਕੰਡਾ ਤੇ ਇੱਕ ਬਾਥਰੂਮ ਚਲੇ ਗਏ, ਇੱਦਾਂ ਦਾ ਥੋੜ੍ਹਾ ਸਮਾਂ ਲੰਘ ਗਿਆ ਤੇ ਸਾਨੂੰ ਤੇ ਉਮੀਦ ਸੀ ਕਿ ਅਜੇ ਸ਼ਾਇਦ ਅੱਜ ਉਹਨਾਂ ਨੂੰ ਇੱਥੇ ਰੱਖਣਗੇ ਤੇ ਸਾਨੂੰ ਅਜੇ ਹੋਰ ਟਾਈਮ, ਕਿਉਂਕਿ ਪਹਿਲਾਂ ਅਪ ਟੂ 4 ਡੇਜ਼ ਸੀਗੀ ਪੈਰੋਲ, ਤੁਹਾਨੂੰ ਲੱਗਦਾ ਸੀ ਕਿ 4 ਦਿਨ ਇੱਥੇ ਹੋਣਗੇ? ਉਹ ਫਿਰ ਥੋੜ੍ਹੇ ਪੈਸੇ ਉਹਨਾਂ ਨੇ ਖਾਣਾ ਖਾਣ ਤੋਂ ਬਾਅਦ ਉਹਨਾਂ ਨੇ ਚਾਹ ਮੰਗਾਈ ਤੇ ਚਾਹ ਪੀਂਦੇ ਉਹਨਾਂ ਨੇ ਆਰਡਰ ਕੀਤਾ ਜੀ ਆਪਾਂ 5-5 ਮਿੰਟਾਂ ਤੇ ਆਪਾਂ ਚੱਲਾਂਗੇ, 40-50 ਮਿੰਟ ਦੀ ਮੁਲਾਕਾਤ ਸੀ। ਤੁਸੀਂ ਸੰਤੁਸ਼ਟ ਹੋ ਇਸ ਅੱਜ ਜਿਸ ਤਰੀਕੇ ਨਾਲ ਪਹਿਲਾਂ ਉਹ ਦਵਾਈ ਗਈ ਉਸ ਨੂੰ ਗੁਪਤ ਰੱਖਿਆ ਗਿਆ, ਫੋਟੋ ਤਸਵੀਰ ਕੋਈ ਵਾਇਰਲ ਨਹੀਂ ਹੋਈ, ਬਿਆਨ ਕਿਉਂਕਿ ਚਰਚਾਵਾਂ ਕਿ ਉਹਨਾਂ ਦਾ ਬਿਆਨ ਬੜਾ ਮਾਇਨੇ ਹੈ, ਤਾਂ ਕੋਈ ਬਿਆਨ ਉਹਨਾਂ ਨੇ ਦਿੱਤਾ ਹੋਵੇ ਕਿ ਇਹ ਜਾ ਕੇ ਬਾਹਰ ਕਹੋ, ਜਾਂ ਤੁਸੀਂ ਅੱਜ ਦੀ ਮੁਲਾਕਾਤ ਨੂੰ ਕਿਵੇਂ ਦੇਖਦੇ? ਨਹੀਂ, ਮੁਲਾਕਾਤ ਉਹ ਜੋ ਪ੍ਰੋਟੋਕੋਲ ਦੇ ਤਹਿਤ ਉੱਥੇ ਉਹਨਾਂ ਨੇ ਸਹੁੰ ਚੁਕਾਈ ਗਈ, ਜੋ ਸਰਕਾਰ ਦੀਆਂ ਪਾਬੰਦੀਆਂ ਸੀ ਉਹਨਾਂ ਦੇ, ਮੇਰੇ ਖਿਆਲ ਸਰਕਾਰ ਦਾ ਹੀ ਇਹਦੇ 'ਚ ਸਰਕਾਰ ਨੂੰ ਸੋਚਣਾ ਚਾਹੀਦਾ ਸੀ ਕਿ ਜੇ ਉਹਨਾਂ ਲਿਆਂਦਾ ਤਾਂ ਉਹਨਾਂ ਨੂੰ ਸੰਗਤਾਂ ਦੇ ਰੂਬਰੂ ਵੀ ਹੋਣਾ ਚਾਹੀਦਾ ਸੀ, ਮੀਡੀਆ ਦੇ ਰੂਬਰੂ ਵੀ ਹੋਣਾ ਚਾਹੀਦਾ ਸੀ, ਜਿਹੜਾ ਸੰਦੇਸ਼ ਸੀ ਉਹਨਾਂ ਦਾ ਉਹ ਆਪ ਹੀ ਕਨਵੇ ਕਰਦੇ, ਪਰ ਸਾਨੂੰ ਉਹਨਾਂ ਸਪੈਸ਼ਲੀ ਇਹਨਾਂ ਕਿ ਕੌਮ ਨੂੰ ਚੜ੍ਹਦੀ ਕਲਾ ਮੇਰੇ ਵੱਲੋਂ ਫਤਿਹ ਸਾਰੇ ਸਿੱਖ ਸੰਸਾਰ ਨੂੰ, ਕਿਉਂਕਿ ਉਹਨਾਂ ਦਾ ਮੈਂ ਧੰਨਵਾਦੀ ਹਾਂ। ਜਦੋਂ ਤੁਸੀਂ ਮਿਲੇ ਜਾਂ ਉਹ ਤੁਹਾਨੂੰ ਮਿਲੇ, ਅੱਖਾਂ 'ਚ ਹੰਝੂ ਸੀ, ਚਿਹਰੇ 'ਤੇ ਮੁਸਕਾਨ ਸੀ, ਖੁਸ਼ੀ ਸੀ ਮੈਂਬਰ ਪਾਰਲੀਮੈਂਟ ਬਣਨ ਦੀ, ਜਾਂ ਇੱਕ ਇਮੋਸ਼ਨਲ ਸੀ, ਜਾਂ ਫਿਰ ਇਹ ਕਹੀਏ ਕਿ ਕਾਫੀ ਲੰਮਾ ਸਮਾਂ ਹੋ ਗਿਆ ਡਿਬਰੂਗੜ੍ਹ ਜੇਲ੍ਹ ਦੇ ਵਿੱਚ, ਟੈਂਸ਼ਨ ਸੀ, ਚਿੰਤਾ ਸੀ,
ਕਿਸ ਤਰੀਕੇ ਦੀ ਬੋਡੀ ਲੈਂਗੁਏਜ ਸੀ ਔਰ ਕੀ ਕੁਝ ਜਦੋਂ ਮਿਲੇ? ਫਤਿਹ ਬੁਲਾਈ, ਪੈਰੀ ਹੱਥ ਲਗਾ? ਨਹੀਂ, ਉਹ ਹਮੇਸ਼ਾ ਫਤਿਹ ਹੀ ਬੁਲਾਉਂਦੇ ਆ ਤੇ ਜਾਂ ਸਾਨੂੰ ਮਿਲਦੇ ਗੱਲ ਲੱਗ ਕੇ ਮਿਲ ਪੈਂਦੇ ਆ, ਬਾਕੀ ਪੈਰੀ ਹੱਥ ਲਾਉਣ ਦਾ ਨਾਂ ਤੇ ਅਸੀਂ ਪਹਿਲਾਂ ਹੀ ਕਦੀ ਲਾਉਂਦੇ ਆ ਤੇ ਇਸ ਕਰਕੇ ਉਹਨਾਂ ਇਮੋਸ਼ਨਲ ਸੀ ਹਮੇਸ਼ਾ ਨੋਰਮਲ ਖੁਸ਼ ਸੀ, ਨੋਰਮਲ ਹੀ ਰਹਿੰਦੇ ਉਹ, ਇਹ ਨਾ ਬਹੁਤ ਜ਼ਿਆਦਾ ਖੁਸ਼ੀ ਵੀ ਨਹੀਂ ਹੁੰਦੀ। ਠੀਕ ਹੈ ਕਿ ਉਹ ਚੜ੍ਹਦੀ ਕਲਾ ਸੀਗੇ, ਅਸੀਂ ਵੀ ਕੋਈ ਇਮੋਸ਼ਨਲ ਨਹੀਂ ਹੋਇਆ। ਠੀਕ ਹੈ ਕਿ ਇਹ ਗੁਰੂ ਮਹਾਰਾਜ ਦੀ ਬਖਸ਼ਿਸ਼ ਆ ਤੇ ਚਲੋ ਇਹ ਜੋ ਉਹਨਾਂ ਨੂੰ ਏਡਾ ਵੱਡਾ ਅਹੁਦਾ ਵੀ ਦਿੱਤਾ ਗਿਆ, ਇਹ ਗੁਰੂ ਮਹਾਰਾਜ ਦੀ ਬਖਸ਼ਿਸ਼ ਸੰਗਤਾਂ ਦੇ ਸਹਿਯੋਗ ਨਾਲ ਪ੍ਰਾਪਤ ਹੋਇਆ ਤੇ ਇਹ ਕਰਕੇ ਉਹ ਇੱਥੇ ਆਪਣਾ ਹੱਕ ਨਹੀਂ ਸਮਝਦੇ, ਇਹ ਪੂਰਾ ਸੰਗਤਾਂ ਦਾ ਹੀ ਆ ਇਹ ਜੋ ਫਤਵਾ ਹੈ। ਜਿਹੜੇ ਲੋਕ ਕਹਿੰਦੇ ਕਿ ਇਹ ਤਾਂ ਜਾਂ ਤਾਂ RSS ਦੇ ਏਜੰਟ ਦੇ ਤੌਰ ਤੇ ਨੇ ਜਾਂ ਇਹਨਾਂ ਪਿੱਛੇ ਵਿਦੇਸ਼ੀ ਤਾਕਤਾਂ ਨੇ, ਇਸ ਤਰੀਕੇ ਨਾਲ ਵਿਰੋਧੀ ਇਲਜ਼ਾਮ ਲਗਾਉਂਦੇ? ਨਹੀਂ, ਇਹ ਦੋ ਚੀਜ਼ਾਂ ਮੈਚ ਨਹੀਂ ਕਰਦੀਆਂ। ਜੋ ਵਿਦੇਸ਼ਾਂ ਚੋਂ ਹੋਵੇ ਤੇ ਫਿਰ RSS ਨਾਲ ਹੀ, ਹੁਣ ਮੇਰਾ ਖਿਆਲ ਹੈ ਕਿ ਇਹ ਦੋਵੇਂ ਚੀਜ਼ਾਂ ਨੇਗੀਆਂ, ਉਹ ਲੋਕਾਂ ਦਾ ਦਿਲਾਂ 'ਚ ਉਹਦੇ ਵਾਸਤੇ ਜਗ੍ਹਾ ਵਾ ਤੇ ਲੋਕਾਂ ਨੇ ਉਹਨਾਂ ਨੂੰ ਇਹ ਇੰਨੀ ਛੇਤੀ ਥੋੜੇ ਜਿਹੇ ਸਮੇਂ 'ਚ ਹੀ ਥੋੜਾ ਟਮਾ ਵੀਰ ਚੱਲੀ, ਸਾਲ 15 ਮਹੀਨੇ ਉਹਨਾਂ ਨੂੰ ਅੰਦਰ ਵੀ ਹੋ ਗਏ, ਫਿਰ ਵੀ ਇੰਨਾ ਮਾਣ ਸਤਿਕਾਰ ਮੇਰਾ ਖਿਆਲ ਹੈ ਕਿ ਸਾਡੀ ਕੌਮ ਨੂੰ ਇਹ ਕਾਫੀ ਦੇਰ ਤੋਂ ਹੀ ਦੇਖਿਆ ਕਿ ਸੰਤ ਜਰਨੈਲ ਸਿੰਘ ਤੋਂ ਬਾਅਦ 'ਚ ਮੇਰਾ ਖਿਆਲ ਹੈ ਕਿ ਇੰਨਾ ਕਿਸੇ ਛੋਟੀ ਉਮਰ 'ਚ ਇੰਨਾ ਜਿਹੜਾ ਮਾਣ ਸਤਿਕਾਰ ਮੇਰਾ ਖਿਆਲ ਕਿਸੇ ਨੂੰ ਨਹੀਂ ਮਿਲਿਆ। ਇਹਦੇ ਵਾਸਤੇ ਸਾਡਾ ਪਰਿਵਾਰ ਵੀ, ਉਹ ਵੀ, ਅਸੀਂ ਸਾਰਿਆਂ ਦਾ, ਪੂਰੇ ਸਿੱਖ ਜਗਤ ਦਾ, ਪੂਰੇ ਪੰਜਾਬੀਆਂ ਦਾ ਧੰਨਵਾਦ ਕਰਦੇ ਹਾਂ। ਤੁਸੀਂ ਜਦੋਂ ਮਿਲੇ ਦੁਬਾਰਾ, ਕਹਿੰਦੇ ਜਲਦੀ ਮੁਲਾਕਾਤ ਕਰਨ ਲਈ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਆਓ, ਕਹਿੰਦੇ ਦੁਬਾਰਾ ਤੈਅ ਕਰਨਾ ਹੈ SGPC ਚੋਣਾਂ ਨੂੰ ਲੈ ਕੇ, ਜਿਮਨੀ ਚੋਣਾਂ ਨੂੰ ਲੈ ਕੇ, 27 ਨੂੰ ਲੈ ਕੇ ਦੁਬਾਰਾ ਜਲਦ ਮੁਲਾਕਾਤ ਕਰੋ, ਫਿਰ ਬੈਠ ਕੇ ਵਿਚਾਰ ਵਟਾਂਦਰੇ ਕੀਤੇ ਜਾਣਗੇ? ਹਾਂਜੀ, ਉਹਨਾਂ ਨੇ ਇਹਨਾਂ ਨੂੰ ਜ਼ਿਕਰ ਕੀਤਾ ਸੀ ਕਿ ਜਿੱਦਾਂ 3 ਕੈਂਡੀਡੇਟ ਜਿਹੜੇ ਆ ਜਿਹੜੀ ਜਿਮਨੀ ਚੋਣ ਤੋਂ ਖੜਨ ਦਾ ਮਨ ਬਣਾਇਆ, ਉਹ ਕਹਿੰਦੇ ਉਹਨਾਂ ਦੇ ਪਰਿਵਾਰਾਂ ਨੂੰ ਮਿਲੋ, ਉਹਨਾਂ ਨਾਲ ਸਲਾਹ ਕਰਕੇ ਫਿਰ ਅਸੀਂ ਉੱਥੇ ਜਾਵਾਂਗੇ ਇੱਕ ਵਾਰ ਮੁਲਾਕਾਤ ਕਰਕੇ ਅਤੇ ਫਾਈਨਲ ਜਿਹੜਾ ਡਿਸੀਜਨ ਜਿਹੜਾ ਉਹ ਲਵਾਂਗੇ ਕੀ ਕਹਿੰਦੇ ਆ। ਅਤੇ ਅਜੇ ਤਾਂ ਹਾਲ ਦੀ ਘੜੀ ਸਮਾਂ ਹੀ ਥੋੜ੍ਹਾ ਮਿਲਿਆ, ਕੋਈ ਘਰੇਲੂ ਗੱਲਾਂ 2-4 ਹੋਈਆਂ, ਲਾਗੇ ਅਫਸਰ ਬੈਠੇ, ਕੋਈ ਗੱਲ ਨਹੀਂ ਇੱਦਾਂ ਘਰੇਲੂ ਕੋਈ ਖਾਸ ਗੱਲਬਾਤ ਜਿਹੜੀ ਹੋਈ ਹੋਵੇ? ਨਹੀਂ, ਬਸ ਇੱਦਾਂ ਹੀ ਆ ਕਿ ਪਿੱਛੇ ਦੇ ਸਾਡੇ ਬਜ਼ੁਰਗ ਹੀ, ਉਹਨਾਂ ਦੇ ਸੱਟ ਲੱਗ ਗਈ ਸੀ, ਸਾਡੇ ਉਹਦੇ ਦਾਦੀ ਜੀ ਦੇ ਵੀ ਆਪਰੇਸ਼ਨ ਹੋਇਆ ਸੀਗਾ, ਹੋਰ ਸੰਗਤਾਂ ਦਾ ਤੁਹਾਨੂੰ ਪਤਾ ਕਈ ਹੁੰਦੇ ਆ ਬੱਚਿਆਂ ਦੇ ਵੀ। ਅਖਬਾਰ ਪੜ੍ਹਦੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ, ਪਤਾ ਹੁੰਦਾ ਪੰਜਾਬ ਦੀ ਰਾਜਨੀਤੀ ਕੀ ਚੱਲ ਰਿਹਾ? ਹੁਣ ਤੇ TV ਦੀ ਸੁਵਿਧਾ ਵੀ ਸ਼ਾਇਦ ਮਿਲ ਗਈ ਉਹਨਾਂ ਨੂੰ, ਗੱਲ ਨਹੀਂ ਹੋਈ ਇਹ ਨਹੀਂ, ਪਰ ਉਹਨਾਂ ਨੂੰ ਪਤਾ ਲੱਗਦਾ ਰਹਿੰਦਾ ਉੱਥੇ ਸਾਰਾ ਕੁਝ। ਬੜਾ ਵਧੀਆ ਲੱਗਾ, ਕੋਈ ਜਿੱਦਾਂ ਤੁਸੀਂ ਸੋਚ ਰਹੇ ਹੋ ਕੋਈ ਪਤਾ ਨਹੀਂ ਬਹੁਤ ਖੁਸ਼ ਹੋਣਗੇ ਜਾਂ ਬਹੁਤ ਹੀ ਡਾਊਨ ਹੋਣਗੇ, ਇਹੋ ਜਿਹੀ ਕੋਈ ਗੱਲ ਨਹੀਂ, ਉਹ ਨੋਰਮਲ ਹੀ ਰਹਿੰਦੇ। ਉਹ ਕਹਿੰਦੇ ਗੁਰੂ ਮਹਾਰਾਜ ਦੀ ਮਿਹਰ ਚਾਹੀਦੀ ਆ, ਸਭ ਚੜ੍ਹਦੀ ਕਲਾ ਵਾ। ਕੋਈ 27 ਵੀ ਟੀਚਾ ਹੈ ਉਹਨਾਂ ਦੇ ਦਿਮਾਗ ਦੇ ਵਿੱਚ 2027 ਦੀ ਇਲੈਕਸ਼ਨ? ਨਹੀਂ, ਅਜੇ ਤਾਂ ਦੇਖੋ ਤੁਹਾਨੂੰ ਦੱਸਿਆ ਗਿਆ ਸ਼੍ਰੋਮਣੀ ਕਮੇਟੀ ਦਾ ਜਿਹੜਾ ਸਿਰ ਦੇ ਉੱਤੇ ਹੀ ਆ, ਸਭ ਲੋਕ ਪਤਾ ਨਹੀਂ ਕਦੋਂ ਸਰਕਾਰ ਦੀ ਮਿਹਰਬਾਨੀ ਹੋ ਗਈ ਤੇ ਇਲੈਕਸ਼ਨ ਹੋ ਜੂਗੀ, ਤੇ ਉਹਦੇ ਵਾਸਤੇ ਇਹੀ ਆ ਕਿ ਆਪਾਂ ਵੱਧ ਤੋਂ ਵੱਧ ਜਿਹੜੀਆਂ ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਆ ਕਿ 31 ਜੁਲਾਈ ਤੱਕ ਜਿਹੜਾ ਸਮਾਂ ਵਾ ਉਹਦੇ ਵਿੱਚ ਜਿਹੜੀਆਂ ਵੋਟਾਂ ਵੱਧ ਤੋਂ ਵੱਧ ਬਣਾਈਆਂ ਜਾਣ, ਤਾਂ ਕਿ ਦੂਰੋਂ ਜਿਹੜੇ ਲੋਕ ਕਹੀ ਜਾਂਦੇ ਆ ਕਿ ਸ਼੍ਰੋਮਣੀ ਕਮੇਟੀ 'ਚ ਇਹਨਾਂ ਨਿਘਾਰ ਆ ਗਿਆ, ਕੁਝ ਆਹ ਹੋ ਗਿਆ, ਜੇ ਹੋ ਗਿਆ, ਆਪਾਂ ਦੂਰੋਂ ਦੂਰੋਂ ਕੀਤਾ ਨਹੀਂ ਕੁਝ ਹੋ ਸਕਦਾ, ਜਿੰਨਾ ਚਿਰ ਆਪਾਂ ਵੋਟਰ ਬਣ ਕੇ ਉਹਦੇ ਵਿੱਚ ਆਪ ਜਾ ਕੇ ਵੇਖਾਂਗੇ ਕੀ ਕਮੀਆਂ ਵਾ, ਜਾਂ ਸ਼ਹਿਰ ਦੇ ਲੋਕ ਜਿੰਨਾ ਚਿਰ ਉਹਦੇ ਵਿੱਚ ਨਾ ਜਾਣਗੇ। ਜਿਹੜੇ ਲੋਕ ਕਹਿੰਦੇ ਪੰਜਾਬ ਨੂੰ ਤੋੜਨ ਦਾ ਕੰਮ ਜਾਂ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨ ਦਾ ਕੰਮ ਅੰਮ੍ਰਿਤਪਾਲ ਕਰੇਗਾ ਜੇ ਜੇਲ੍ਹ ਤੋਂ ਬਾਹਰ ਆ ਗਿਆ? ਦੇਖੋ ਜੀ, ਉਹਨੇ ਲੀਡਰ ਆ, ਉਹਨਾਂ ਦੀ ਵੀ ਰੱਬ ਨੇ ਡਿਊਟੀ ਲਾਈ ਹੋਈ ਹੈ ਇਹੋ ਜਿਹੇ ਕੰਮ ਵਾਸਤੇ, ਅਤੇ ਬਾਕੀ ਇਹ ਗੱਲ ਆ ਵੀ ਉਹਨਾਂ ਦੇ ਮਨ ਦੇ ਵਿੱਚ ਬੜਾ ਵੱਡਾ ਦਰਦ ਵਾ, ਪਹਿਲਾਂ ਕਾਂਗਰਸ ਨੇ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ, ਉਦੋਂ ਚੰਨੀ ਸਾਹਿਬ ਦਾ ਨਾਂ ਲੱਗ ਗਿਆ ਵਿਚਾਰੇ ਦਾ, ਅਤੇ ਉਹ ਜਾਖੜੋਣੀ ਜਿਹੜੇ ਉਹਨਾਂ ਦੇ ਵਿੱਚ, ਹੁਣ ਪਤਾ ਲੱਗਾ ਅਸੀਂ ਤਾਂ ਸਮਝਦੇ ਸੀ ਵੀ ਬੜਾ ਸੈਕੂਲਰ ਜਿਹਾ ਲੀਡਰ ਵਾ, ਪਰ ਹੁਣ ਪਤਾ ਲੱਗਾ ਬੜੀ ਜ਼ਹਿਰ ਉਹਦੇ ਅੰਦਰ, ਸਿੱਖੀ ਪ੍ਰਤੀ ਬੜੀ ਨਫ਼ਰਤ ਵਾ, ਉਹਨੂੰ ਇਹੋ ਜਿਹੇ ਲੀਡਰ ਨੂੰ ਜਿਹੜਾ ਨਹੀਂ ਇਹੋ ਜਿਹਾ ਕੋਈ ਬਿਆਨ ਦੇਣਾ ਚਾਹੀਦਾ, ਜਿਹੜਾ ਕਿ ਉਹਨੂੰ ਤੇ ਸਗੋਂ ਸਾਰੇ ਭਾਈਚਾਰੇ ਨੂੰ ਇਕੱਠਾ ਕਰਨਾ ਚਾਹੀਦਾ। ਗੌਰਵ, ਪਰਿਵਾਰ ਇਸ ਵੇਲੇ ਮੁਲਾਕਾਤ ਕੀਤੀ ਹੈ, ਮੁਲਾਕਾਤ ਕਿਸ ਤਰੀਕੇ ਦੀ ਰਹੀ, ਅੱਗੇ ਦੀ ਕੀ ਪਲੈਨਿੰਗ ਰਹੀ ਔਰ ਕੀ ਸੋਚ ਰਹੇ ਨੇ, ਕੀ ਸੁਨੇਹਾ ਵੈ, ਉਹ ਨਿਊਜ਼ 18 ਦੇ ਨਾਲ ਖਾਸ ਗੱਲਬਾਤ ਕੀਤੀ, ਓਵਰ ਟੂ ਯੂ ਗੌਰਵ।